جہاں جہاں خلصہ جی سیب تہاں تہاں رچیا رے I'm gonna make it.
سچے دربار
ਨਿਰਾਲੇ ਅਮੋਲੀਕ ਬੇਅੰਤ ਸੋਚ ਤੋਂ ਪਰੇ ਗੁਰੂ ਨਾਨਕ ਦੇ ਘਰ ਦੇ ਪਿਆਰ ਵਿੱਚ ਗੱਜ ਕੇ ਆਖੋ ਸਤਨਾਮ। ਇਹ ਉਹ ਘਰ ਗੁਰੂ ਨਾਨਕ ਦਾ ਇਹੋ ਜਿਹੇ ਰੂਲ ਬਣਾਏ ਗਏ ਗ੍ਰਸਤੀ ਵਿੱਚ ਰਹਿੰਦਿਆਂ ਮੇਰੇ ਸਿੱਖ ਦੀ ਸੜਕ ਸਿੱਧੀ ਸੱਚਖੰਡ ਜਾਵੇ। ਹਰ ਰੂਲ ਪਿਆਰਾ ਹੈ, ਹਰ ਬਾਤ ਪਿਆਰੀ ਹੈ। ਦੌਲਤ ਦੀ ਗੱਲ ਪੁੱਛੀਏ, ਤੁਹਾਡਾ ਪਿਤਾ ਰੂਲ ਕਾਨੂੰਨ ਦਿੰਦਾ ਦੌਲਤ ਗੁਜਰਾਨ ਗੁਜ਼ਾਰੇ ਲਈ ਲੋੜ। ਪੁੱਤਰ ਦੀ ਗੱਲ ਪੁੱਛੀਏ ਤੇ ਤੁਹਾਡਾ ਪਿਤਾ ਰੂਲ ਦਿੰਦਾ ਪੁੱਤਰ ਨਿਸ਼ਾਨ। ਔਰਤ ਦੀ ਗੱਲ ਪੁੱਛੀਏ ਤੇ ਪਿਤਾ ਜੀ ਕਹਿੰਦੇ ਔਰਤ ਇਮਾਨ। ਆਖੋ ਸਤਨਾਮ। ਹਰ ਰੂਲ ਪਿਆਰਾ, ਹਰ ਬਾਤ ਪਿਆਰੀ। ਉਹਨਾਂ ਰੂਲਾਂ ਵਿੱਚੋਂ ਇਸ ਗੁਰੂ ਨਾਨਕ ਦੇ ਘਰ ਨੇ ਜੋ ਬੀਬੀਆਂ ਦਾ ਸਤਿਕਾਰ ਕੀਤਾ ਹੈ, ਔਰਤ ਦਾ ਸਤਿਕਾਰ ਕੀਤਾ ਹੈ, ਸਮੇਂ ਦੀ ਚੱਲ ਰਹੀ ਹਨੇਰੀ ਨੂੰ ਸਿੱਧੇ ਰਾਹ ਵੱਲ ਮੋੜਿਆ ਹੈ। ਉਹ ਪ੍ਰਕਰਣ ਮਹਾਰਾਜ ਨੇ ਸ਼ੁਰੂ ਕਰਾਇਆ ਹੈ ਜਿਸ ਦਾ ਨਾਂ ਰੱਖਿਆ ਗਿਆ ਸਿੱਖ ਪੰਥ ਦੀਆਂ ਸਤਿਕਾਰਤ ਬੀਬੀਆਂ। ਔਰ ਮਨ ਦੀ ਰੀਝ ਇੱਕੋ ਹੀ ਹੈ ਕਿ ਉਹ ਬੀਬੀਆਂ ਦੁਪਹਿਰ ਕਿਵੇਂ ਪਾਸ ਕਰਦੀਆਂ ਸੀ, ਸੰਧਿਆ ਕਿਵੇਂ ਪਾਸ ਕਰਦੀਆਂ ਸੀ, ਸਵੇਰ ਉਹਨਾਂ ਦੀ ਕਿਵੇਂ ਚੜ੍ਹਦੀ ਸੀ। ਘਰ ਦੇ ਵਿੱਚ ਉਤਾਰ ਚੜਾ ਆਉਣ ਵੇਲੇ ਉਹ ਕਿਵੇਂ ਵਿਚਰਦੀਆਂ ਸੀ। ਜੇ ਕੋਈ ਤੁਹਾਡੇ ਚੋਂ ਡੂੰਘਾਈ ਨਾਲ ਸਰਵਣ ਕਰੇ ਤੁਹਾਨੂੰ ਆਪਣੇ ਘਰ ਦੇ ਲਈ ਸਾਧ ਸੰਗਤ ਸਿੱਧੀਆਂ ਸੜਕਾਂ ਮਿਲਦੀਆਂ, ਸਿੱਧੀਆਂ ਸੜਕਾਂ। ਬੀਬੀ ਵੀਰੋ ਦੇ ਜ਼ਿਕਰ ਜਿਹੜੇ ਤੁਸੀਂ ਸੁਣੇ ਕਿ ਡੋਲੀ ਵੇਲੇ ਗੁਰੂ ਸਾਹਿਬ ਨੇ ਕੀ ਉਪਦੇਸ਼ ਦਿੱਤੇ, ਘਰਾਂ ਦੇ ਕਲੇਸ਼ ਹੀ ਮੁੱਕ ਜਾਂਦੇ। ਆਖੋ ਸਤਨਾਮ। ਅੱਜ ਇਹਦਾ ਸੱਤਵਾਂ ਭਾਗ ਹੈ। ਕੋਈ ਸੰਗਤ ਨਵੀਂ ਆਈ ਹੁੰਦੀ ਹੈ, ਪਹਿਲੇ ਭਾਗ ਵਿੱਚ ਆਪ ਜੀ ਨੇ ਬੀਬੀ ਵੀਰੋ ਜੀ ਦੇ ਜੀਵਨ ਦੇ ਦਰਸ਼ਨ ਕੀਤੇ, ਦੂਜੇ ਭਾਗ ਵਿੱਚ ਮਾਤਾ ਭਰਾਈ ਜੀ ਦੇ, ਤੀਜੇ ਭਾਗ ਵਿੱਚ ਮਾਤਾ ਖੀਵੀ ਜੀ ਦੇ, ਚੌਥੇ ਭਾਗ ਵਿੱਚ ਬੀਬੀ ਭਾਨੀ ਜੀ ਦੇ, ਪੰਜਵੇਂ ਭਾਗ ਵਿੱਚ ਬੇਬੇ ਨਾਨਕੀ ਜੀ ਦੇ,
ਛੇਵੇਂ ਭਾਗ ਵਿੱਚ ਮਾਤਾ ਗੰਗਾ ਜੀ ਦੇ ਆਖੋ ਸਤਨਾਮ। ਅੱਜ ਸੱਤਵੇਂ ਭਾਗ ਵਿੱਚ ਕਿਹੜੀ ਬੀਬੀ ਦੇ ਦਰਸ਼ਨ ਕਰਨੇ ਹੈ? ਬੀਬੀ ਰਾਮੋ ਜੀ ਆਖੋ ਸਤਨਾਮ। ਇਹ ਕੌਣ ਨੇ ਬੀਬੀ ਰਾਮੋ ਜੀ? ਕੌਣ ਨੇ? ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਾਲੀ ਹੋਏ ਨੇ, ਵੱਡੀ ਸਾਲੀ ਹੈ, ਛੋਟੀ ਨਹੀਂ। ਛੇਵੇਂ ਪਾਤਸ਼ਾਹ ਦੇ ਮਹਿਲ ਸਾਡੇ ਮਾਤਾ ਹੋ ਗਏ ਦਮੋਦਰੀ ਜੀ, ਉਹਨਾਂ ਦੀ ਵੱਡੀ ਭੈਣ ਹੈ। ਔਰ ਇਹਦਾ ਜ਼ਿਕਰ ਅੱਜ ਥੋੜ੍ਹਾ ਤਾਂ ਛੂਹਣ, ਗੁਰੂ ਦੀ ਮਿਹਰ ਨਾਲ ਲੱਗੇ ਹਾਂ। ਸਾਡੇ ਇਤਿਹਾਸ ਵਿੱਚ ਵੀ 40-50 ਪੰਨੇ ਇਸ ਬੀਬੀ ਨੂੰ ਮਿਲੇ ਨੇ ਆਖੋ ਸਤਨਾਮ। ਕੁਝ ਉਹਦੇ ਅੰਦਰ ਹੈ ਸਪਿਰਿਟ, ਇਤਿਹਾਸ ਫਿਰ ਉਹਨੂੰ ਜਗ੍ਹਾ ਦਿੰਦਾ। ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਗੁਰਬਾਣੀ ਟੀਵੀ ਨੂੰ। ਲੇਟੈਸਟ ਅਪਡੇਟ ਪਾਉਣ ਵਾਸਤੇ ਪ੍ਰੈਸ ਕਰੋ ਬੈੱਲ ਆਈਕਨ ਨੂੰ।